ਸਤਿਕਾਰਯੋਗ ਪ੍ਰਿੰਸੀਪਲ ਮੈਮ, ਸਟਾਫ ਮੈਂਬਰਸ ਅਤੇ ਵਿਦਿਆਰਥੀਓ, ਆਪ ਸਭ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ। ਅਸੀਂ ਸੁਭਾਗੇ ਹਾਂ ਕਿ ਸਾਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮਨਾਉਣ ਦਾ ਮੌਕਾ ਪ੍ਰਾਪਤ ਹੋਇਆ ਹੈ। ਇਹ ਪਵਿੱਤਰ ਦਿਹਾੜਾ ਪੂਰੀ ਮਨੁੱਖਤਾ ਦੇ ਲਈ ਪ੍ਰੇਰਨਾ ਦਾ ਸਰੋਤ ਹੈ। ਭਾਈ ਗੁਰਦਾਸ ਜੀ ਵਾਰ ਵਿੱਚ ਲਿਖਦੇ ਹਨ, ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂਕਰ ਸੂਰਜ ਨਿਕਲਿਆ ਤਾਰੇ ਚੱਕ ਅੰਧੇਰ ਪਲੋਆ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇਂ ਦਾ ਸਮਾਜ ਗਿਰਾਵਟ ਤੇ ਪਤਨ ਵੱਲ ਜਾ ਰਿਹਾ ਸੀ। ਲੋਕਾਂ ਵਿੱਚੋਂ ਇਨਸਾਨੀਅਤ ਪਰ ਲਾ ਕੇ ਉੱਡ ਗਈ ਸੀ ਤੇ ਜਾਤ ਪਾਤ ਊਚ ਨੀਚ ਦਾ ਧੱਕਾ ਸੰਸਾਰ ਵਿੱਚ ਸਭ ਪਾਸੇ ਪਸਰਿਆ ਹੋਇਆ ਸੀ। ਰਾਜੇ ਕਸਾਈ ਬਣ ਗਏ ਸਨ ਤੇ ਉਹ ਜਨਤਾ ਦੀ ਭਲਾਈ ਭੁੱਲ ਚੁੱਕੇ ਸਨ। ਹਰ ਕੋਈ ਇੱਕ ਦੂਜੇ ਨੂੰ ਦੁੱਖ ਦੇ ਕੇ ਖੁਸ਼ੀ ਮਹਿਸੂਸ ਕਰਦਾ ਸੀ। ਇਹੋ ਹੀ ਉਸ ਸਮੇਂ ਦਾ ਧਰਮ ਸੀ। ਇਹਨਾਂ ਸਭ ਕੁਰੀਤੀਆਂ, ਧਰਮ ਦੇ ਵਹਿਮ ਭਰਮ, ਭੁਲੇਖਿਆਂ ਆਦਿ ਨੂੰ ਵੇਖ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਆਤਮਾ ਝੰਜੋੜੀ ਗਈ। ਉਹਨਾਂ ਨੇ ਦੁਨੀਆਂ ਦਾ ਭਲਾ ਕਰਨ ਲਈ ਚਾਰੇ ਦਿਸ਼ਾਵਾਂ ਦੀਆਂ ਯਾਤਰਾਵਾਂ ਕੀਤੀਆਂ ਅਤੇ ਲੋਕਾਂ ਨੂੰ ਸਿੱਧੇ ਰਾਹ ਪਾਇਆ। ਉਹਨਾਂ ਨੇ ਇੱਕ ਨਵਾਂ ਧਰਮ, ਸਿੱਖ ਧਰਮ, ਦੁਨੀਆਂ ਦੇ ਸਾਹਮਣੇ ਰੱਖਿਆ, ਜੋ ਅਮਲਾਂ ਦਾ ਧਰਮ ਸੀ ਭਾਵ ਕਿ ਨਿਯਮਾਂ ਦੀ ਪਾਲਣਾ ਦਾ ਧਰਮ ਸੀ। ਗੁਰੂ ਨਾਨਕ ਦੇਵ ਜੀ ਇੱਕ ਵੱਡੇ ਕ੍ਰਾਂਤੀਕਾਰੀ ਸਨ। ਉਹਨਾਂ ਨੇ ਉਸ ਸਮੇਂ ਦੇ ਧਰਮ ਵਿੱਚ ਆਈਆਂ ਕੁਰੀਤੀਆਂ ਨੂੰ ਲੋਕਾਂ ਦੇ ਸਾਹਮਣੇ ਲਿਆ ਕੇ ਰੱਖ ਦਿੱਤਾ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਧਰਮ ਦਾ ਸਭ ਤੋਂ ਪਹਿਲਾ ਅਤੇ ਵੱਡਾ ਸਿਧਾਂਤ ਇਹ ਹੈ ਕਿ ਇੱਕ ਅਕਾਲ ਪੁਰਖ ਅਰਥਾਤ ਇੱਕ ਓਂਕਾਰ ਦੀ ਪੂਜਾ ਤੇ ਉਸ ਦੇ ਵਿੱਚ ਅਟਲ ਵਿਸ਼ਵਾਸ। ਗੁਰੂ ਨਾਨਕ ਸਾਹਿਬ ਜੀ ਨੇ ਦੱਸਿਆ ਕਿ ਇਹੋ ਜਿਹੇ ਅਕਾਲ ਪੁਰਖ ਦੀ ਪ੍ਰਾਪਤੀ ਲਈ ਭਗਤੀ, ਪ੍ਰੇਮ, ਗੁਰੂ ਦੀ ਸੇਵਾ ਤੇ ਉਸ ਦੀ ਸਿੱਖਿਆ ਤੇ ਚੱਲਣ ਦੀ ਲੋੜ ਹੈ। ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਬੜੇ ਪਿਆਰ ਨਾਲ ਦੱਸਿਆ ਕਿ ਉਹਨਾਂ ਨੂੰ ਸੱਚੀ ਸੁੱਚੀ ਦਸਾਂ ਨੋਹਾਂ ਦੀ ਕਿਰਤ ਕਰਨੀ ਚਾਹੀਦੀ ਹੈ। ਸੱਚੀ ਕਿਰਤ ਵਿੱਚੋਂ ਜੋ ਤਸੱਲੀ ਉਸ ਨੂੰ ਹੁੰਦੀ ਹੈ, ਉਸ ਵਿੱਚ ਉਸ ਨੂੰ ਆਨੰਦ ਤੇ ਸੁੱਖ ਮਿਲਦਾ ਹੈ। ਇਹੋ ਹੀ ਰੱਬ ਦੀ ਪ੍ਰਾਪਤੀ ਦਾ ਦੂਜਾ ਨਾਂ ਹੈ। ਇਹੋ ਜਿਹੇ ਲੋਕਾਂ ਤੇ ਰੱਬ ਵੀ ਖੁਸ਼ ਹੁੰਦਾ ਹੈ। ਰੱਬ ਉਹਨਾਂ ਦਾ ਨਹੀਂ ਜੋ ਝੂਠ ਤੇ ਫਰੇਬ ਨਾਲ ਲੋਕਾਂ ਦਾ ਖੂਨ ਚੂਸ ਚੂਸ ਕੇ ਧਨ ਇਕੱਠਾ ਕਰਦੇ ਹਨ। ਰੱਬ ਤਾਂ ਉਹਨਾਂ ਗਰੀਬਾਂ ਦਾ ਹੈ ਜੋ ਆਪਣੀ ਸੱਚੀ ਸੁੱਚੀ ਕਮਾਈ ਦੇ ਆਸਰੇ ਸੰਤੁਸ਼ਟੀ ਪ੍ਰਾਪਤ ਕਰਦੇ ਹਨ ਤੇ ਜ਼ਿੰਦਗੀ ਬਿਤਾਉਂਦੇ ਹਨ। ਇਸੇ ਲਈ ਗੁਰੂ ਨਾਨਕ ਸਾਹਿਬ ਨੇ ਗਰੀਬ ਤੇ ਦਸਾਂ ਨੋਹਾਂ ਦੀ ਕਿਰਤ ਕਰਨ ਵਾਲੇ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਕਬੂਲ ਕੀਤੀ ਅਤੇ ਮਲਕ ਦੇ ਯੱਗ ਤੇ ਜਾਣ ਤੋਂ ਇਨਕਾਰ ਕਰ ਦਿੱਤਾ। ਗੁਰੂ ਸਾਹਿਬ ਨੇ ਲੋਕਾਂ ਨੂੰ ਦੱਸਿਆ ਕਿ ਮਨੁੱਖ ਦਾ ਸਭ ਤੋਂ ਵੱਡਾ ਧਰਮ ਕਿਸੇ ਦੂਜੇ ਮਨੁੱਖ ਦੇ ਦੁੱਖ ਨੂੰ ਦੂਰ ਕਰਨਾ ਹੈ, ਭਾਵੇਂ ਉਹ ਕਿਸੇ ਵੀ ਜਾਤੀ ਦਾ ਹੋਵੇ, ਭਾਵੇਂ ਉਸ ਨੂੰ ਊਚ ਨੀਚ ਦਾ ਕਿਸੇ ਵੀ ਤਰ੍ਹਾਂ ਦਾ ਖਿਆਲ ਮਨੁੱਖ ਨੂੰ ਨਹੀਂ ਰੱਖਣਾ ਚਾਹੀਦਾ। ਗੁਰੂ ਸਾਹਿਬ ਦੇ ਆਪਣੇ ਸ਼ਬਦਾਂ ਦੇ ਵਿੱਚ, ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤਿ ਨੀਚ, ਨਾਨਕ ਤਿਨਕੇ ਸੰਗ ਸਾਥ, ਵਟਿਆ ਸੋਕਿਆ ਰੀਸ, ਜਿੱਥੇ ਨੀਚ ਸੰਭਾਲੀਅਨ ਤਿੱਥੇ ਨਦਰ ਤੇਰੀ ਬਖਸੀਸ। ਉਹਨਾਂ ਨੇ ਇਨਸਾਨੀਅਤ ਨੂੰ ਇੱਕ ਸਮਝ ਕੇ ਊਚ ਨੀਚ ਦਾ ਵੈਰ ਭਾਵ ਮਿਟਾਉਣ ਲਈ ਲੰਗਰ ਦੀ ਪ੍ਰਥਾ ਤੇ ਵੀ ਜ਼ੋਰ ਦਿੱਤਾ, ਸੰਗਤ ਤੇ ਪੰਗਤ ਦੀ ਮਹਾਨਤਾ ਨੂੰ ਵੀ ਦਰਸਾਇਆ। ਗੁਰੂ ਨਾਨਕ ਸਾਹਿਬ ਨੇ ਆਪਣੇ ਆਪ ਨੂੰ ਕਿਸੇ ਧਰਮ ਨਾਲ ਸੰਬੰਧਿਤ ਨਾ ਕੀਤਾ, ਬਲਕਿ ਆਪਣੇ ਆਪ ਨੂੰ ਇੱਕ ਇਨਸਾਨ ਅਖਵਾਇਆ। ਗੁਰੂ ਨਾਨਕ ਦੇਵ ਜੀ ਦਾ ਕਹਿਣਾ ਸੀ ਕਿ ਮਨੁੱਖ ਦਾ ਫਰਜ਼ ਹੈ ਕਿ ਉਹ ਦੂਸਰਿਆਂ ਤੇ ਦਇਆ ਕਰੇ। ਜੇ ਇੱਕ ਮਨੁੱਖ ਦੀ ਦੂਜੇ ਨੂੰ ਲੋੜ ਹੈ ਤਾਂ ਉਸਦੇ ਕੰਮ ਆਵੇ। ਕਿਸੇ ਬਿਮਾਰ ਦੀ ਮਰਹਮ ਪੱਟੀ ਕਰਨੀ, ਕਿਸੇ ਭੁੱਖੇ ਦੀ ਭੁੱਖ ਮਿਟਾਉਣੀ, ਕਿਸੇ ਅਗਿਆਨ ਦੀ ਅਗਿਆਨਤਾ ਦੂਰ ਕਰਨੀ,
ਕਿਸੇ ਪਿਆਸੇ ਦੀ ਪਿਆਸ ਬੁਝਾਉਣੀ ਆਦਿ ਗੁਰੂ ਨਾਨਕ ਦੇਵ ਜੀ ਦੇ ਧਰਮ ਦੇ ਕੁਝ ਜ਼ਰੂਰੀ ਅੰਗ ਹਨ। ਗੁਰੂ ਨਾਨਕ ਦੇਵ ਜੀ ਦਾ ਧਰਮ ਮਜ਼ਲੂਮਾਂ, ਗਰੀਬਾਂ, ਦੁਖੀਆਂ, ਦੀਨਾਂ ਤੇ ਅਨਾਥਾਂ ਦਾ ਹੈ। ਇਸੇ ਲਈ ਉਹ ਨੀ ਆਸਰਿਆਂ ਦਾ ਆਸਰਾ ਹੈ। ਸਮੁੱਚੇ ਤੌਰ ਤੇ ਗੁਰੂ ਨਾਨਕ ਸਾਹਿਬ ਸੱਚ ਦੇ ਪੀਰ ਸਨ। ਉਹਨਾਂ ਦਾ ਧਰਮ ਸੱਚ ਦਾ ਮਾਰਗ ਦੱਸਦਾ ਹੈ ਜੋ ਇੱਕ ਰੱਬ ਵਿੱਚ ਵਿਸ਼ਵਾਸ ਰੱਖਣ ਦੀ ਪ੍ਰੇਰਨਾ ਦਿੰਦਾ ਹੈ। ਉਹਨਾਂ ਦਾ ਧਰਮ ਮਨੁੱਖ ਨੂੰ ਬਹੁਤੇ ਭੰਬਲ ਭੁੱਸਿਆਂ ਵਿੱਚ ਨਹੀਂ ਪਾਉਂਦਾ, ਨਾ ਦੁਨੀਆਂ ਤੋਂ ਭਾਂਜ ਸਿਖਾਉਂਦਾ ਹੈ। ਜਿੱਥੇ ਸਾਰੇ ਧਰਮ ਵੱਡੇ ਵੱਡੇ ਮੰਦਰਾਂ ਵਿੱਚ ਮਹੰਤਾਂ ਦੀ ਸ਼ਰਨ ਜਾ ਕੇ ਭੇਟਾਂ ਦੇ ਕੇ ਸੁਖਣਾ ਦੇਣ ਦੀ ਪ੍ਰੇਰਨਾ ਦਿੰਦੇ ਹਨ, ਉੱਥੇ ਗੁਰੂ ਸਾਹਿਬ ਕੰਮ ਵਿੱਚ ਰੁੱਝੇ ਕਿਰਤੀ ਨੂੰ ਤਸੱਲੀ ਦਿੰਦੇ ਹਨ। ਕਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣਾ ਸੀ, ਅਰਥਾਤ ਕਿਰਤ ਵਿੱਚੋਂ ਹੀ ਗੁਰੂ ਨਾਨਕ ਦੇਵ ਜੀ ਨੇ ਰੱਬ ਲੱਭਣ ਦੀ ਜਾਚ ਦੱਸਦਿਆਂ ਗ੍ਰਸਤੀ ਨੂੰ ਤਸੱਲੀ ਦਿੱਤੀ। ਗੁਰੂ ਨਾਨਕ ਦੇਵ ਜੀ ਨੇ ਧਾਰਮਿਕ ਸਥਾਨਾਂ ਤੇ ਜਾ ਕੇ ਪੁਜਾਰੀਆਂ ਤੇ ਬ੍ਰਾਹਮਣਾਂ ਨੂੰ ਚੜਾਵੇ ਤੇ ਚੰਦੇ ਦੇਣ ਦੀ ਮਨਾਹੀ ਕੀਤੀ। ਉਹਨਾਂ ਨੇ ਸਾਰੇ ਫੋਕੇ ਵਹਿਮ ਭਰਮ, ਸ਼ਰਾਧ, ਜਨੇਊ ਦੀ ਰਸਮ ਅਤੇ ਸੂਤ ਵਰਗੇ ਵਹਿਮਾਂ ਦਾ ਖੰਡਨ ਕੀਤਾ। ਉਹਨਾਂ ਨੇ ਕਿਹਾ ਕਿ ਰੱਬ ਤਾਂ ਪਿਆਰ ਦਾ ਭੁੱਖਾ ਹੈ, ਉਹ ਚੜਾਵਿਆਂ ਜਾਂ ਭੇਟਾਂ ਦਾ ਭੁੱਖਾ ਨਹੀਂ ਹੁੰਦਾ। ਉਹਨਾਂ ਨੇ ਇਹ ਵੀ ਕਿਹਾ ਕਿ ਆਪਣੇ ਮਨ ਤੋਂ ਪਾਪਾਂ ਦਾ ਭਾਰ ਉਤਾਰਨ ਤੇ ਉਸ ਨੂੰ ਸ਼ੁੱਧ ਕਰਨ ਲਈ